ਪੰਜਾਬ ਸਰਕਾਰ ਵੱਲੋਂ ਕਾਨੂੰਵਾਨ ਵੇਟ ਇਲਾਕੇ ਦੀ ਸਹੂਲਤ ਲਈ ਉਸਾਰਿਆ ਗਿਆ ਧਰੋਆ ਪੱਤਣ ਦਾ ਪੁਲ ਵਿਕਾਸ ਦੇ ਰਸਤੇ ਲਈ ਮੀਲ ਪੱਥਰ ਸਾਬਤ ਹੋਵੇਗਾ ਤੇ ਸੂਬਾ ਸਰਕਾਰ ਨੇ ਇਸ ਖੇਤਰ ਦੀ ਚਿਰੋਕੋਣੀ ਮੰਗ ਨੂੰ ਪੂਰਾ ਕਰਕੇ ਇਤਿਹਾਸ ਰਚਿਆ ਹੈ। ਇਹ ਪ੍ਰਗਟਾਵਾ ਸੇਵਾ ਸਿੰਘ ਸੇਖਵਾਂ, ਸਾਬਕਾ ਵਜ਼ੀਰ ਪੰਜਾਬ ਅਤੇ ਰਾਜ ਮੰਤਰੀ ਪੰਜਾਬ ਨੇ ਧਰੋਆ ਪੱਤਣ ਪੁਲ ਦਾ ਜਾਇਜ਼ਾ ਲੈਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ਪ੍ਰਦੀਪ ਸੱਭਰਵਾਲ ਡਿਪਟੀ ਕਮਿਸ਼ਨਰ, ਜਗਦੀਪ ਸਿੰਘ SSP ਅਤੇ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਵੀ ਮੌਜੂਦ ਸਨ। ਇਸ ਮੌਕੇ ਸੰਬੰਧਿਤ ਵਿਭਾਗਾਂ ਨੇ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀਆਂ ਗਈਆਂ। ਸੇਖਵਾਂ ਨੇ ਕਿਹਾ ਕਿ ਇਸ ਪੁਲ ਦਾ ਉਦਘਾਟਨ 4 ਅਕਤੂਬਰ ਨੂੰ ਸਵੇਰੇ 11 ਵਜੇ ਸੁਖਬੀਰ ਸਿੰਘ ਬਾਦਲ, ਉਪ ਮੁੱਖ ਮੰਤਰੀ ਪੰਜਾਬ ਵੱਲੋਂ ਕੀਤਾ ਜਾਵੇਗਾ ਅਤੇ ਉਸ ਦਿਨ ਇਸ ਇਲਾਕੇ ਦੇ ਲੋਕਾਂ ਵੱਲੋਂ ਵੱਡਾ ਇਕੱਠ ਕਰਕੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਜਾਵੇਗਾ। ਸੇਖਵਾਂ ਨੇ ਕਿਹਾ ਕਿ ਇਸ ਇਲਾਕੇ ਨੂੰ ਇਸ ਪੁਲ ਦੀ ਬਹੁਤ ਜ਼ਰੂਰਤ ਸੀ, ਜਿਸ ਨੂੰ ਪ੍ਰਕਾਸ਼ ਸਿੰਘ ਬਾਦਲ, ਮੁੱਖ ਮੰਤਰੀ ਪੰਜਾਬ ਵੱਲੋਂ ਪੂਰਾ ਕੀਤਾ ਗਿਆ ਹੈ, ਜਿਸ ਨਾਲ ਇਸ ਖੇਤਰ ਦਾ ਹੋਰ ਵਿਕਾਸ ਹੋਵੇਗਾ। ਜੋ ਧਨੋਏ ਦੇ ਪੱਤਣ ਦਾ ਪੁਲ ਆ ਉਹ ਬਣ ਕੇ ਕੰਪਲੀਟ ਹੋ ਚੁੱਕਾ ਆ। ਉਹਦਾ ਉਦਘਾਟਨ ਕਰਨ ਵਾਸਤੇ ਪੰਜਾਬ ਦੇ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ 4 ਅਕਤੂਬਰ ਨੂੰ 12 ਵਜੇ ਇੱਥੇ ਪਹੁੰਚ ਰਹੇ ਨੇ। ਉਹਨਾਂ ਦੇ ਇੱਥੇ ਪਹੁੰਚਣ ਤੇ ਉਦਘਾਟਨ ਕਰਨ ਸਮੇਂ ਅਸੀਂ ਬਹੁਤ ਵੱਡਾ ਇਕੱਠ ਆਪਣੇ ਕਾਦੀਆਂ ਹਲਕੇ ਦਾ ਕਰਨਾ ਆ, ਕਿਉਂਕਿ ਇਹ ਜੋ ਪ੍ਰੋਜੈਕਟ ਸਾਨੂੰ ਪੰਜਾਬ ਸਰਕਾਰ ਨੇ ਔਰ ਖਾਸ ਕਰਕੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੇ ਇੱਕ ਨਿਆਮਤ ਦਿੱਤੀ ਆ। ਇਸ ਪਛੜੇ ਹੋਏ ਬੇਟ ਦੇ ਇਲਾਕੇ 'ਚ ਜਿੱਥੇ ਕੋਈ ਬੰਦਾ ਆ ਜਾ ਨਹੀਂ ਸੀ ਸਕਦਾ, ਇਹੋ ਜਿਹਾ ਪ੍ਰੋਜੈਕਟ ਦੇ ਕੇ, ਵੱਡੀਆਂ ਚੌੜੀਆਂ ਸੜਕਾਂ ਦੇ ਕੇ ਇਹਨਾਂ ਲੋਕਾਂ ਦੀ ਖੁਸ਼ਹਾਲੀ ਦਾ ਮੁੱਢ ਵਧਾ ਆ ਅਤੇ ਲੋਕ ਇਹਦੇ 'ਤੇ ਬਹੁਤ ਖੁਸ਼ ਨੇ। ਇਸ ਕਰਕੇ ਜਿਸ ਦਿਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਇੱਥੇ ਆ ਰਹੇ ਨੇ, ਬਹੁਤ ਵੱਡੀ ਗਿਣਤੀ ਵਿੱਚ ਲੋਕ ਇੱਥੇ ਆਉਣਗੇ। ਅੱਜ ਉਸ ਸੰਬੰਧ ਵਿੱਚ ਡਿਪਟੀ ਕਮਿਸ਼ਨਰ ਗੁਰਦਾਸਪੁਰ, SSP ਗੁਰਦਾਸਪੁਰ ਅਤੇ ਸਾਰੀ ਐਡਮਿਨਿਸਟ੍ਰੇਸ਼ਨ ਜਿਹੜੀ ਆ ਆਪਣੇ 4 ਤਰੀਕ ਦੇ ਪ੍ਰੋਗਰਾਮ ਦੇ ਪ੍ਰਬੰਧ ਵਾਸਤੇ ਇੱਥੇ ਆਈ ਆ। 68 ਕਰੋੜ ਦੀ ਲਾਗਤ ਨਾਲ ਇਹ ਪੁਲ ਜਿਹੜਾ ਆ ਤਿਆਰ ਹੋਇਆ ਅਤੇ 2 ਜ਼ਿਲ੍ਹੇ ਆਪਣੇ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਦੇ ਅਤੇ 3 ਕੰਸਟੀਚੁਐਂਸੀਆਂ ਆਪਣੇ ਕਾਦੀਆਂ, ਮੁਕੇਰੀਆਂ ਅਤੇ ਦਸੂਆ, ਇਹਨਾਂ ਲੋਕਾਂ ਨੂੰ ਉਚੇਚਾ ਲਾਭ ਹੋਏਗਾ। ਲੇਕਿਨ ਮੈਂ ਸਮਝਦਾ ਕਿ ਨਿਰਾ ਗੁਰਦਾਸਪੁਰ ਹੀ ਨਹੀਂ, ਅੰਮ੍ਰਿਤਸਰ ਨੇ ਵੀ ਜੇਕਰ ਹੁਸ਼ਿਆਰਪੁਰ, ਮੁਕੇਰੀਆਂ, ਦਸੂਏ ਨੂੰ ਆਉਣਾ ਆ, ਇਹ ਸਭ ਤੋਂ ਛੋਟਾ ਰਸਤਾ ਹੋਏਗਾ, ਉਹ ਵੀ ਲੋਕ ਵਾਇਆ ਦਸੂਏ ਵਾਲਾ ਪੁਲ ਹੀ ਇੱਥੋਂ ਦੀ ਜਾਇਆ ਕਰਨਗੇ। ਸੋ ਬਹੁਤ ਵੱਡਾ ਫਾਇਦਾ ਜਿਹੜਾ 2 ਜ਼ਿਲ੍ਹਿਆਂ ਨੂੰ ਹੋਇਆ। ਮਾਨਯੋਗ ਡਿਪਟੀ CM ਸਾਹਿਬ, 4/10 ਨੂੰ ਧਰੋਆ ਪੱਤਣ ਦੇ ਜਿਹੜਾ ਬ੍ਰਿਜ ਬਣਿਆ ਹੈ ਉਹਦਾ ਇਨੋਗਰੇਟ ਕਰਨ ਲਈ ਆ ਰਹੀ ਹੈ, ਜਿਸ ਦੇ ਲਈ ਟੋਟਲ ਜਿਹੜੀਆਂ ਤਿਆਰੀਆਂ ਕਰਨ ਦੇ ਲਈ ਅਸੀਂ ਸਾਰੇ ਆਫਿਸਰ ਦੇ ਨਾਲ ਆਏ ਹਾਂ। SSP ਸਾਹਿਬ, CMO ਸਾਹਿਬ, XNP, WDB, A&R, SCP, WDN, ਪਬਲਿਕ ਹੈਲਥ, ਸਾਰੇ ਡਿਪਾਰਟਮੈਂਟ ਅਸੀਂ ਆਏ ਹਾਂ। ਉਹਦੇ ਲਈ ਅਸੀਂ ਜਗ੍ਹਾ ਜਿੱਥੇ ਉਹਨਾਂ ਨੇ ਇਕੱਠ ਨੂੰ ਸੰਬੋਧਨ ਕਰਨਾ ਉਹ ਫਾਈਨਲਾਈਜ਼ ਕਰਨੀ ਹੈ, ਉਹਨਾਂ ਦੇ ਲਈ ਹੈਲੀਪੈਡ ਦਾ, ਉਹਨਾਂ ਦੇ ਲਈ ਹੋਰ ਜਿਹੜੇ ਟੋਟਲ ਜਿੰਨੇ ਵੀ ਲੋੜੀਂਦੇ ਪ੍ਰਬੰਧ ਸਾਰੇ, ਅਤੇ ਲੋਕਾਂ ਦੀਆਂ ਸਹੂਲਤਾਂ ਦਾ ਵੀ ਧਿਆਨ ਰੱਖਿਆ ਜਾਏਗਾ, ਲੋਕਾਂ ਨੂੰ ਪੀਣ ਵਾਲਾ ਪਾਣੀ, ਹੋਰ ਜਿਹੜੇ ਟੋਇਲਟਸ ਵਗੈਰਾ, ਸਾਰੀਆਂ ਫੈਸਿਲਿਟੀਆਂ ਜਿਹੜੀਆਂ ਉਹ ਪ੍ਰੋਵਾਈਡ ਹੋਈਆਂ। ਗੁਰਦਾਸਪੁਰ ਤੋਂ ਭੋਪਾਲ ਸਿੰਘ ਦੀ ਰਿਪੋਰਟ, ਜੈਕਸੇਵਕ ਵੈਬ TV।